जो मैं अपनी बहुत बड़ी लाई है नगर कौंसल नाल पर जो मैं लेने से तो कोई कभी नहीं जवाब नहीं दिता जी किन्ने दिन काम कर दो चार बजे ग्रुप है केसर हाउसिंग फॉर हाउसिंग उन्होंने डील कर दो जी कंप्यूटर पे चढ़ाना था अपने हाँ देखो जी लॉक लग गया इन्हें तो एक छुट्टी देने कितने नहीं सर माइक्रोफोन एक मिनट देखो छुट्टी देने तो माहौल नहीं छुट्टी देनी है कितने लॉक लग गया आप फड़ो अंदर जी किधर हो एमएलए साहब इतने खड़े हैं कमरे कोल जी ऑफिस आज पटियाला की छुट्टी है मेरा तो लैंड गया हूँ सर्टिफिकेट उन्होंने उधर बुला लेंगे टोकन लिया है ਤੇ ਪ੍ਰੋਬਲਮ ਤਾਂ ਨਹੀਂ ਆ ਰਹੀ ਤੁਸੀਂ ਦੱਸੋ ਹੈ ਇਹਨਾਂ ਦੀ ਪੈਨਸ਼ਨ ਕਾਹਦੀ ਪੈਨਸ਼ਨ ਤੁਹਾਡੀ ਅੱਛਾ ਸਾਰੇ ਪੇਪਰ ਪੂਰੇ ਕਿਤੇ 9 ਵਜੇ ਤੱਕ ਸਾਰੇ ਕੰਮ ਚੱਲ ਕਰ ਦੋ ਹਾਂ ਇਕੱਠੇ ਰਹੂੰਗਾ ਤੇ ਹੁਣ ਜਿਵੇਂ ਆਪਣੀ ਆਧਾਰ ਕਾਰਡ ਦਾ ਇੱਕ ਆਧਾਰ ਕਾਰਡ ਚੱਲ ਰਿਹਾ ਹੈ ਬਾਕੀ ਪੈਸੇ ਇਸ਼ੂ ਹੋ ਗਿਆ ਪਰੋ ਜੀ ਸਭ ਨੂੰ ਮਿਲਣਗੇ ਜੇ ਕੋਈ ਤੁਹਾਡੇ ਤੋਂ ਪੈਸਾ ਮੰਗਦਾ ਕੱਚੇ ਘਰਾਂ ਦਾ ਵੀ ਮੈਂ ਦਵਾ ਦੇਣਾ ਮੈਨੂੰ ਉਹਨੇ ਪੈਸੇ ਦੇ ਦਿਓ ਤਾਂ ਮੈਨੂੰ ਦੱਸਿਓ ਹਾਂ ਕੌਂਸਲ ਪਹੁੰਚੇ ਹਾਜ਼ਰੀ ਚੈੱਕ ਕੀਤੀ ਹੈ ਹਾਜ਼ਰੀ ਚੈੱਕ ਕੀਤੀ ਹੈ ਜੀ ਤੇ ਤਕਰੀਬਨ ਤੱਕੇ ਬਣਾਇਆ ਸਮਝ ਲਓ ਵੀ 5-6 ਮੇਨ ਜਿਹੜੇ ਡਿਪਾਰਟਮੈਂਟ ਨੇ ਪੀਓ ਸਾਹਿਬ ਖੁਦ ਛੁੱਟੀ ਦੇ ਨੇ ਜੀ ਠੀਕ ਹੈ ਜੀ ਦੂਜਾ ਕੀ ਕਹਿੰਦੇ ਆ ਜੀ ਜਿਹੜਾ ਅਕਾਊਂਟ ਦਾ ਡਿਪਾਰਟਮੈਂਟ ਆ ਉਹ ਵੀ ਛੁੱਟੀ ਦੇ ਨੇ ਜੀ ਟੈਕਸ ਡਿਪਾਰਟਮੈਂਟ ਵਾਲੇ ਵੀ ਛੁੱਟੀ ਦੇ ਨੇ ਜੀ ਹੈ ਤੇ ਹੋਰ ਕਿਹੜੇ ਕਿਹੜੇ ਸੀਗੇ ਜਨਮ ਸਰਟੀਫਿਕੇਟ ਜਿਹੜਾ ਬਹੁਤ ਅਹਿਮ ਹੈ ਜੀ ਬਹੁਤ 2-3 ਵੀਰ ਬਾਹਰ ਖੜੇ ਵੀ ਮਿਲੇ ਹਾਂਜੀ ਉਹ ਵੀ ਛੁੱਟੀ ਦੇ ਨੇ ਜੀ ਸਾਰੇ ਛੁੱਟੀ ਦੇ ਨੇ 2-2, 3-3 ਦਿਨ ਦੀ ਛੁੱਟੀ ਦੇ ਆ ਤੇ ਮੁਲਾਜ਼ਮ ਹੈ ਹੀ ਕੋਈ ਨਹੀਂ ਸੋ ਬੜੀ ਮਤਲਬ ਮੈਂ ਚਚੇਤ ਆ ਕੇ ਚੈੱਕ ਕੀਤਾ ਤੇ ਛੁੱਟੀ ਦੇ ਜੇ ਜਾਣਾ ਤਾਂ ਸਭ ਨੇ ਇਕੱਠੇ ਹੀ ਜਾਣਾ ਜੀ ਇਹਦਾ ਕੋਈ ਸਿਸਟਮ ਹੋਣਾ ਚਾਹੀਦਾ ਬੈਕਅਪ 'ਤੇ ਜੇ ਤੁਸੀਂ ਜਾ ਰਹੇ ਹੋ ਪਿੱਛੇ
ਤਾਂ ਕਿ ਪਬਲਿਕ ਨੂੰ ਪਬਲਿਕ ਵਾਸਤੇ ਸਾਨੂੰ ਲਾਇਆ ਗਿਆ ਡਿਊਟੀ ਤੇ ਇੱਥੇ ਲੋਕਾਂ ਨੂੰ ਉਹਦੀ ਅਸੁਵਿਧਾ ਨਾ ਹੋਵੇ ਲਾਭਾ ਸਾਹਿਬ ਤੁਸੀਂ ਲੱਡੀ ਵੱਡੀ ਹੈ ਕਿੱਦਾਂ ਕੰਮ ਚੱਲੇਗਾ ਜੇ ਜਨ ਸਰਟੀਫਿਕੇਟ ਵਾਲਾ ਬੰਦਾ ਇੱਕ ਇੱਥੇ ਕੰਮ ਕਰੂਗਾ ਕੋਈ ਹੈ ਹੀ ਨਹੀਂ ਜੀ ਲੋਕ ਲੱਗਿਆ ਪਿਆ ਕਹਿੰਦੇ ਜੀ ਪਟਿਆਲੇ ਕੰਮ ਪੈ ਗਿਆ ਉਹਨਾਂ ਨੂੰ ਇਹ ਐਂ ਕਰਦੇ ਆ ਵੀ ਉੱਥੇ ਬਹਿੰਦੇ ਨੇ ਜੀ ਔਰ ਪਿੰਡਾਂ ਦੇ ਨੂੰ ਸੈਂਟ ਲੋਕ ਸਾਰਾ ਦਿਨ ਉੱਥੇ ਬੈਠੇ ਰਹਿੰਦੇ ਆ ਸ਼ਹਿਰ ਦੇ ਲੋਕ ਬੈਠੇ ਰਹਿੰਦੇ ਆ ਜਿਹੜੇ ਕੱਟ ਕੱਟ ਚਲੇ ਜਾਂਦੇ ਆ ਜੀ ਕੰਮ ਨਹੀਂ ਹੁੰਦਾ ਸੋ ਇਹਦੇ ਕਲਾਮ ਮੀਟਿੰਗ ਕਰਕੇ ਹੁਣ ਜਿਹੜੀਆਂ ਜੀ ਇਹ ਹਾਜ਼ਰੀ ਜ਼ਰੂਰੀ ਕਰਾਂਗੇ ਤਾਂ ਕਿ ਲੋਕਾਂ ਨੂੰ ਅਸੁਵਿਧਾ ਨਾ ਹੋਵੇ ਲੋਕਾਂ ਦੀ ਸ਼ਿਕਾਇਤ ਹੈ ਜਨ ਸਰਟੀਫਿਕੇਟ ਵਾਲੇ ਪੈਸੇ ਬਹੁਤ ਮੰਗਦੇ ਆ ਇਸ ਕਰਕੇ ਵੀ ਬਿਲਕੁਲ ਜੀ ਕਿਹਾ ਜੀ ਵੀ ਜੇ ਕੋਈ ਪੈਸੇ ਮੰਗਦਾ ਸਾਨੂੰ ਦੱਸੋ ਜੀ ਵਿਦ ਐਵੀਡੈਂਸ ਵਿਦ ਕੋਈ ਆਡੀਓ ਰਿਕਾਰਡਿੰਗ ਕੋਈ ਵੀਡੀਓ ਰਿਕਾਰਡਿੰਗ ਲਿਆਓ ਜਿਹੜਾ ਵੀ ਪੈਸੇ ਮੰਗਦਾ ਲਿਆਓ ਬਾਕੀ ਕੰਮ ਸਰਕਾਰ ਦਾ ਜੀ ਅਸੀਂ ਆਪੇ ਕਾਰਵਾਈ ਕਰਾਂਗੇ ਈਓ ਈਓ ਸਾਹਿਬ ਕਿੰਨੀ ਦੇਰ ਦੀ ਛੁੱਟੀ ਦੇ ਈਓ ਸਾਹਿਬ ਤਾਂ ਅੱਜ ਐਪਲੀਕੇਸ਼ਨ ਉਹਨਾਂ ਦੀ ਜਿਹੜੀ ਆਈ ਹੈ ਜੀ ਤੇ 2 ਦਿਨ ਦੀ ਛੁੱਟੀ ਦੇਣੇ ਜੀ ਠੀਕ ਹੈ ਨਾ ਜੀ ਤੇ ਮੇਨ ਨੇ ਮੁੱਖ ਨੇ ਉਹ ਇਸ ਕਰਕੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਮਤਲਬ ਇੱਥੇ ਸਾਰਾ ਜਿਹੜਾ ਕੰਮ ਇੱਥੇ ਚੱਲਦਾ ਆਪਣੇ ਕਈ ਵਾਰੀ ਇਹ ਵੀ ਪ੍ਰੋਬਲਮ ਆ ਰਹੀ ਵੀ ਡੈਪੂਟੇਸ਼ਨ 'ਤੇ ਕੰਮ ਦਿੱਤਾ ਹੋਇਆ ਜੀ ਵੀ ਬਾਹਰ ਕਿਤੇ ਹੋਰ ਨਗਰ ਕੌਂਸਲ ਦੇ ਵਿੱਚ ਵੀ ਜਾਣਾ ਪੈਂਦਾ ਜਾਂ ਕੀ ਕਰਨਾ ਇੱਕ ਇਹ ਵੀ ਪ੍ਰੋਬਲਮ ਹੈ ਅਤੇ ਨਗਰ ਕੌਂਸਲ ਨਾਭਾ ਦੇ ਵੀ ਮੁਲਾਜ਼ਮਾਂ ਦੀਆਂ ਕੁਛ ਸ਼ਿਕਾਇਤਾਂ ਨੇ ਜੀ ਕਿ ਸਾਨੂੰ ਡੈਪੂਟੇਸ਼ਨ ਦੇ ਅਲੱਗ ਅਲੱਗ ਸ਼ਹਿਰਾਂ ਦੇ ਕੰਮ ਦਿੱਤੇ ਪਏ ਨੇ ਕੋਈ ਮਲੇਰਕੋਟ ਦੇ ਕੋਈ ਸਮਾਣੇ ਕੋਈ ਕਿਤੇ ਵੀ ਸਾਨੂੰ ਕੋਈ ਜਗ੍ਹਾ 'ਤੇ ਰੱਖਿਆ ਜਾਵੇ ਤਾਂ ਕਿ ਅਸੀਂ ਮਨ ਲਾ ਕੇ ਪੂਰਾ ਕੰਮ ਕਰੀਏ ਇਹ ਵੀ ਗੱਲ ਬਿਲਕੁਲ ਠੀਕ ਹੈ ਅਤੇ ਇੱਥੇ ਜਿਹੜੇ ਵੀਰ ਖੜ੍ਹ ਨੇ ਸੁਵਿਧਾ ਕੇਂਦਰ ਦੇ ਵਿੱਚ ਬਾਕੀ ਸਾਰਾ ਠੀਕ ਹੈ ਜੀ ਜਿਹੜਾ ਆਧਾਰ ਕਾਰਡ ਦਾ ਸਰਵਰ ਆ ਡਾਊਨ ਆ ਜੀ ਕਿੰਨੀ ਦੇਰ ਹੋ ਗਈ ਸਰਕਾਰਾਂ ਚੱਲਦੀਆਂ ਨੂੰ ਕਿੰਨੀ ਦੇਰ ਹੋ ਗਈ ਸੁਵਿਧਾ ਕੇਂਦਰ ਚੱਲਦਿਆਂ ਨੂੰ ਸਰਵਰ ਅੱਜ ਵੀ ਡਾਊਨ ਆ ਜੀ ਜਿਹੜੇ ਲੋਕ ਆ ਰਹੇ ਨੇ ਇਨੋਸੈਂਟ ਪਿੰਡਾਂ ਦੇ ਇੱਥੇ ਆਧਾਰ ਕਾਰਡ ਦੇ ਵਿੱਚ ਕਿਸੇ ਨੇ ਆਪਣੀ ਫੋਟੋ ਚੇਂਜ ਕਰਾਉਣੀ ਹੈ ਕਿਸੇ ਨੇ ਨਾਂ ਕਿਸੇ ਨੇ ਜਨਮ ਮਿਤੀ ਕੁਛ ਕਰਨਾ ਸਾਰਾ ਉਹ ਆਉਂਦੇ ਆ ਗੇੜੇ ਗੁੜੇ ਮਾਰ ਕੇ ਚਲੇ ਜਾਂਦੇ ਜੀ ਸੋ ਇਹ ਵੀ ਬੜੀ ਮੇਨ ਹੈਗੀ ਆ ਪਰ ਮੈਂ ਵਿਸ਼ਵਾਸ ਦਿਵਾਉਣਾ ਸੁਵਿਧਾ ਕੇਂਦਰਾਂ ਜਿਹੜੀਆਂ ਸੰਬੰਧਿਤ ਸਾਰੀਆਂ ਸ਼ਿਕਾਇਤਾਂ ਨੇ ਔਰ ਨਗਰ ਕੌਂਸਲ ਦੇ ਵਿੱਚ ਹਰ ਇੱਕ ਦੀ ਹਾਜ਼ਰੀ ਜ਼ਰੂਰੀ ਕਰਨੀ ਹੈ ਸਰਕਾਰ ਦਾ ਕੰਮ ਹੈ ਜੀ ਮੈਂ ਇਹ ਆ ਗਿਆ ਔਰ ਇਹਨਾਂ ਨੂੰ ਇੱਕ ਵਾਰੀ ਬਿਠਾ ਕੇ ਮੀਟਿੰਗ ਕਰਕੇ ਜਿਹੜੀਆਂ ਨੇ ਜੀ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਤੁਹਾਡੀ ਹਾਜ਼ਰੀ ਜ਼ਰੂਰੀ ਹੈ ਤਾਂ ਕਿ ਲੋਕਾਂ ਨੂੰ ਕੋਈ ਸੁਵਿਧਾ ਨਾ ਹੋਵੇ ਅੱਜ ਚੇਤਾਵਨੀ ਦੇ ਕੇ ਜਾ ਰਹੇ ਹੋ ਬਿਲਕੁਲ ਚੇਤਾਵਨੀ ਵੀ ਹੈ ਜੀ ਔਰ ਹੱਥ ਬੰਨ ਕੇ ਬੇਨਤੀ ਵੀ ਕਰ ਰਹੇ ਹਾਂ ਕਿਉਂਕਿ ਇਹ ਨਹੀਂ ਹੈਗਾ ਕਿ ਆਪਾਂ ਕੋਈ ਦੂਜੇ ਸਟਾਈਲ ਨਾਲ ਜਿਵੇਂ ਆਮ ਹੁੰਦਾ ਵੀ ਡਰਾ ਧਮਕਾ ਕੇ ਇੱਦਾਂ ਨਹੀਂ ਇਹ ਸਾਡੇ ਭੈਣ ਭਰਾ ਨੇ ਮੈਂ ਬੇਨਤੀ ਕਰਦਾ ਕਿ ਤੁਸੀਂ ਆਪਣੀ ਜੋਬ ਇਮਾਨਦਾਰੀ ਨਾਲ ਕਰੋ ਲੋਕਾਂ ਨੂੰ ਕੋਈ ਸਮੱਸਿਆ ਨਾ ਮਕਸਦ ਸਾਡਾ ਹੈ ਕਿ ਸਿਸਟਮ ਠੀਕ ਚੱਲੇ ਇਹ ਚੇਤਾਵਨੀ ਵੀ ਹੈ ਵਾਰਨਿੰਗ ਵੀ ਹੈ ਪਿਆਰ ਨਾਲ ਵੀ ਹੈ ਸਭ ਕੁਛ ਅਜੇ ਨਹੀਂ ਫਿਰ ਵੀ ਉਸ ਤੋਂ ਬਾਅਦ ਅਸਰ ਹੁੰਦਾ ਤਾਂ ਫਿਰ ਕਾਰਵਾਈ ਹੋਈ